ਆਸਟ੍ਰੇਲੀਆ ਸਟੱਡੀ ਫੀਸਾਂ ਦੀ ਗੱਲ ਕਰੀਏ ਤਾਂ ਫੰਡਸ ਨੂੰ ਲੈ ਕੇ ਤਾਂ ਲਗਾਤਾਰ ਸਵਾਲ ਹੁੰਦੇ ਨੇ, ਸਵਾਲ ਹੋਣੇ ਵੀ ਚਾਹੀਦੇ ਆ ਸਟੂਡੈਂਟਸ ਦੇ, ਤਾਂ ਕਿ ਉਹ ਅਵੇਅਰ ਹੋ ਕੇ ਹਰੇਕ ਪੁਆਇੰਟ ਨੂੰ ਸਮਝਦੇ ਹੋਏ ਅੱਗੇ ਵਧਣ, ਕਿਉਂਕਿ ਆਸਟ੍ਰੇਲੀਆ ਸਟੱਡੀ ਵੀਜ਼ਾ ਜਿਹੜਾ ਫੰਡਸ ਦੇ ਉੱਪਰ ਡਿਪੈਂਡ ਕਰਦਾ ਬਹੁਤ ਜ਼ਿਆਦਾ। ਸਟੂਡੈਂਟਸ ਬਹੁਤ ਚੰਗੀ ਪ੍ਰੋਫਾਈਲ ਵਾਲੇ ਰਿਫਿਊਜ਼ਲ ਫੇਸ ਕਰ ਜਾਂਦੇ ਨੇ ਜਦੋਂ ਫੰਡਸ ਦੇ ਉੱਪਰ ਕੋਈ ਗਲਤੀ ਕਰ ਜਾਂਦੇ ਨੇ, ਅਤੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਚੰਗੀ ਪ੍ਰੋਫਾਈਲ ਦਾ ਸਟੂਡੈਂਟ ਸਿਰਫ ਫੰਡਸ ਕਰਕੇ ਜੋ ਹੈ ਰਿਫਿਊਜ਼ਲ ਫੇਸ ਕਰ ਜਾਏ। ਅਤੇ ਅੱਜ ਅਸੀਂ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਫੰਡਸ ਨੂੰ ਲੈ ਕੇ ਤੁਸੀਂ ਅਗਲੇ ਇਨਟੇਕ ਵਿੱਚ ਅਪਲਾਈ ਕਰਨ ਬਾਰੇ ਸੋਚ ਰਹੇ ਹੋ, ਤਾਂ ਫੰਡਸ ਬਾਰੇ ਖਾਸ ਗੱਲਾਂ ਨੂੰ ਵੀ ਜ਼ਰੂਰ ਧਿਆਨ ਵਿੱਚ ਰੱਖੋ, ਔਰ ਇਸ ਦੇ ਅਕੋਰਡਿੰਗਲੀ ਹੀ ਅਪਲਾਈ ਕਰੋਗੇ ਤਾਂ ਤੁਹਾਨੂੰ ਸਕਸੈਸਫੁਲ ਰਿਜ਼ਲਟ ਜੋ ਹੈ ਪੋਜ਼ਿਟਿਵ ਰਿਜ਼ਲਟ ਮਿਲੇਗਾ ਹੀ ਮਿਲੇਗਾ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀ ਸਕੇਅਰ ਅਬਰੋਡ ਚੰਡੀਗੜ੍ਹ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਚੀਮਾ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਸੋ ਮਨਪ੍ਰੀਤ ਜੀ, ਜ਼ਰੂਰ ਦੇਖੋ ਪਹਿਲਾਂ ਵੀ ਆਪਾਂ ਕਈ ਵੀਡੀਓਜ਼ ਬਣਾਈਆਂ ਫੰਡਸ ਨੂੰ ਲੈ ਕੇ, ਫਿਰ ਵੀ ਸਟੂਡੈਂਟਸ ਦੇ ਸਵਾਲ ਬਹੁਤ ਸਾਰੇ ਰਹਿੰਦੇ ਨੇ, ਤੁਹਾਡੇ ਕੋਲ ਵੀ ਕਈ ਸਵਾਲ ਸਟੂਡੈਂਟਸ ਦੇ ਜ਼ਰੂਰ ਆਉਂਦੇ ਹੀ ਹੋਣਗੇ। ਮੇਜਰਲੀ ਆਪਾਂ ਦੇਖੀਏ ਤਾਂ ਸਟੂਡੈਂਟ ਕਿੱਥੇ ਗਲਤੀ ਕਰ ਰਿਹਾ, ਕਿੱਥੇ ਮਾਰ ਖਾ ਰਿਹਾ, ਤਾਂ ਕਿ ਸਾਡੀ ਇਹ ਵੀਡੀਓ ਦੇਖਣ ਤੋਂ ਬਾਅਦ, ਸੁਣਨ ਤੋਂ ਬਾਅਦ ਸਾਰੇ ਸਟੂਡੈਂਟ ਸਹੀ ਪ੍ਰੋਸੈਸ ਫੋਲੋ ਕਰਦੇ ਹੋਏ ਹੀ ਅਪਲਾਈ ਕਰਨ। ਬਿਲਕੁਲ ਸਹੀ ਹਰਜੋਤ ਮੈਮ, ਅੱਜ ਦੀ ਡੇਟ ਦੇ ਵਿੱਚ ਮੈਨੂੰ ਲੱਗਦਾ ਫਾਈਨੈਂਸ਼ੀਅਲਸ ਤਾਂ ਅਕੈਡਮਿਕਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੁੰਦੇ ਜਾ ਰਹੇ ਆ। ਪਹਿਲਾਂ ਹੁੰਦਾ ਸੀਗਾ ਕਿ ਸਿਰਫ ਬੱਚੇ ਨੂੰ ਹੁੰਦਾ ਸੀਗਾ ਕਿ ਜਾਂ ਪੇਰੈਂਟਸ ਨੂੰ ਕਿ ਬੱਚਾ ਪਾਸ ਹੋ ਜਾਏ ਜਾਂ ਉਹਦੇ ਅੱਛੇ ਪਰਸੈਂਟੇਜ ਆ ਜਾਣ, ਆਇਲਸ ਦੇ ਵਿੱਚ ਉਹ ਬੈਂਡ ਲੈ ਜਾਏ ਤਾਂ ਉਹਦਾ ਵੀਜ਼ਾ ਆ ਜਾਏਗਾ ਕੋਈ ਵੀ ਕੰਟਰੀ ਹੈ। ਬਟ ਅੱਜ ਦੀ ਡੇਟ ਦੇ ਵਿੱਚ ਇਹ ਹੈ ਕਿ ਆਫਰ ਲੈਟਰ ਲੈਣਾ ਈਜ਼ੀ ਹੈ, ਬਟ ਉਸ ਤੋਂ ਬਾਅਦ ਫਾਈਨੈਂਸ਼ੀਅਲਸ ਦੇ ਸਟੇਜ ਨੂੰ ਕਲੀਅਰ ਕਰਨਾ ਬਹੁਤ ਟਫ ਹੈ। ਟਫ ਇਨ ਦਾ ਸੈਂਸ ਇਹ ਕਿ ਮੈਨੂੰ ਇਹ ਲੱਗਦਾ ਕਿ ਨੌਲੇਜ ਹੀ ਨਹੀਂ ਹੈ ਪੇਰੈਂਟਸ ਨੂੰ, ਇੰਨੀ ਅਵੇਅਰਨੈਸ ਹੀ ਨਹੀਂ ਹੈ ਕਿ ਫੰਡਸ ਦਿਖਾਣੇ ਕਿੱਦਾਂ। ਕਈ ਵਾਰੀ ਪੇਰੈਂਟਸ ਕੋਲ ਸਭ ਕੁਝ ਹੁੰਦਾ ਵੀ ਹੈ, ਉਹ ਫਿਰ ਵੀ ਏਜੰਟ ਨੂੰ ਜਾ ਕੇ ਕਹਿੰਦੇ ਕਿ ਤੁਸੀਂ ਕਰਵਾ ਦਿਓ ਸਰ ਸਾਰਾ ਕੁਝ, ਸਾਨੂੰ ਕਿਸੇ ਚੀਜ਼ ਦੇ ਵਿੱਚ ਨਾ ਤੁਸੀਂ ਇਨਵੋਲਵ ਕਰੋ। ਉੱਥੇ ਜਾ ਕੇ ਮੈਨੂੰ ਲੱਗਦਾ ਕਿ ਚੀਜ਼ਾਂ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ। ਫਾਈਨੈਂਸ਼ੀਅਲਸ ਦਾ ਜਿੰਨਾ ਇੱਕ ਤੁਸੀਂ ਇਹ ਕਹਿ ਲਓ ਕਿ ਹਾਈਪ ਕ੍ਰੀਏਟ ਕੀਤਾ ਹੋਇਆ ਮਾਰਕੀਟ ਦੇ ਵਿੱਚ, ਉਨਾ ਟਫ ਹੈ ਨਹੀਂ ਹੈ ਫਾਈਨੈਂਸ਼ੀਅਲਸ ਨੂੰ ਦਿਖਾਉਣਾ। ਬਸ ਅਵੇਅਰਨੈਸ ਹੋਣੀ ਜ਼ਰੂਰੀ ਹੈ। ਜਿੱਦਾਂ ਕਿ ਦੇਖੋ, ਅਗਰ ਕੋਈ ਐਗਰੀਕਲਚਰਿਸਟ ਹੈ, ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਅਸੀਂ ਤਾਂ ITR ਨਹੀਂ ਫਾਈਲ ਕਰਾਂਗੇ ਤਾਂ ਸਾਡਾ ਕੰਮ ਚੱਲ ਜਾਏਗਾ, ਸਾਨੂੰ ਤਾਂ ਲੋੜ ਹੀ ਨਹੀਂ ਹੈ। ਬਟ ਦਾ ਦੂਸਰੀ ਤਰਫ ਇਹ ਹੈ ਕਿ ਅਗਰ ITRs ਉਹ ਫਾਈਲ ਕਰਦੇ ਹੋ, ਆਪਣੀ ਇਨਕਮ ਦਿਖਾਉਂਦੇ ਆ, ਤਾਂ ਉਹਦਾ ਉਹ ਇੱਕ ਬਹੁਤ ਜ਼ਰੂਰੀ ਡਾਕੂਮੈਂਟ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਇਨਕਮ ਟੈਕਸ ਰਿਟਰਨਸ ਨੇ, ਚਾਹੇ ਬੰਦਾ ਐਗਰੀਕਲਚਰ ਨਾਲ ਹੀ ਰਿਲੇਟਿਡ ਹੈ, ਬਟ ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਜ਼ਰੂਰਤ ਨਹੀਂ ਇਸ ਡਾਕੂਮੈਂਟ ਦੀ। ਸੇਮ ਇੱਦਾਂ ਹੀ ਬਹੁਤ ਇੱਦਾਂ ਦੇ ਡਾਕੂਮੈਂਟਸ ਹੈ, ਜਿੱਦਾਂ ਕਿ ਕਿਸੇ ਨੇ ਪਹਿਲਾਂ ਇਹ ਚੱਲਦਾ ਸੀ ਆਸਟ੍ਰੇਲੀਆ 'ਚ 3 ਮਹੀਨੇ ਪੁਰਾਣੇ ਫੰਡਸ ਹੈ, ਤੁਸੀਂ ਅਕਾਊਂਟ ਦੇ ਵਿੱਚ 3 ਮਹੀਨੇ ਪੁਰਾਣੇ ਫੰਡ ਪਾ ਦਿਓ, ਉਸ ਤੋਂ ਬਾਅਦ ਤੁਹਾਨੂੰ ਕੋਈ ਪੁੱਛੇਗਾ ਹੀ ਨਹੀਂ, ਉਹਦੇ ਸੋਰਸ ਨਹੀਂ ਮੰਗੇਗੀ ਯੂਨੀਵਰਸਿਟੀਜ਼। ਉਹੀ ਮਿੱਥ ਚੱਲੀ ਆ ਰਹੀ ਹੈ, ਲੋਕ 3 ਮਹੀਨੇ ਪਹਿਲਾਂ ਫੰਡਸ, ਕਿਉਂਕਿ ਉਹ ਅਵੇਅਰਨੈਸ ਹੀ ਨਹੀਂ, ਉਹ ਦੁਬਾਰਾ ਚੈੱਕ ਹੀ ਨਹੀਂ ਕਰ ਰਹੇ ਕਿ ਅੱਜ ਦੀ ਡੇਟ 'ਚ ਰਿਕੁਆਇਰਮੈਂਟਸ ਕੀ ਨੇ। ਉਹ 3 ਮਹੀਨੇ ਪਹਿਲਾਂ ਫਾਈਨੈਂਸ਼ੀਅਲਸ ਅਕਾਊਂਟ ਦੇ ਵਿੱਚ ਪਾ ਕੇ ਹੁਣ ਸਾਡੇ ਕੋਲ ਆ ਕੇ ਕਹਿ ਦਿੰਦੇ ਸਰ ਮੇਰੇ ਤਾਂ 3 ਮਹੀਨੇ ਪੁਰਾਣੇ ਫੰਡ ਆ, ਤੁਸੀਂ ਕਿਉਂ ਸੋਰਸ ਮੰਗ ਰਹੇ ਹੋ, ਮੈਂ ਯੂਨੀਵਰਸਿਟੀ ਤਾਂ ਸੋਰਸ ਮੰਗਦੀ ਨਹੀਂ। ਤਾਂ ਮੈਂ ਇੱਥੇ ਕਲੈਰਿਟੀ ਦੇਣਾ ਚਾਹੁੰਦਾ ਸਾਰੇ ਪੇਰੈਂਟਸ ਨੂੰ, ਚਾਹੇ ਤੁਸੀਂ 3 ਮਹੀਨੇ ਕੀ, ਅਗਰ 1 ਸਾਲ ਪੁਰਾਣੇ ਫਾਈਨੈਂਸ਼ੀਅਲਸ ਵੀ ਨੇ ਤੁਹਾਡੇ ਅਕਾਊਂਟ ਵਿੱਚ, ਫਿਰ ਵੀ ਯੂਨੀਵਰਸਿਟੀਜ਼ ਉਹਦਾ ਸੋਰਸ ਮੰਗ ਰਹੀਆਂ। ਇਨ ਦਾ ਸੈਂਸ ਕਿ ਅਗਰ ਤੁਸੀਂ ਪਿਛਲੇ, ਤੁਸੀਂ ਕਹਿੰਦੇ ਹੋ ਵੀ ਸਾਲ ਪਹਿਲਾਂ ਮੈਂ ਇਹ 10 ਲੱਖ ਪਵਾਇਆ ਸੀ ਜਾਂ ਮੈਂ 20 ਲੱਖ ਪਵਾਇਆ ਸੀਗਾ, ਔਰ ਇਨਕਮ ਤੁਸੀਂ ITR 'ਚ ਦਿਖਾ ਰਹੇ ਹੋ 5-6 ਲੱਖ, ਦੈਟ ਮੀਨਸ ਕਿ ਤੁਸੀਂ ਉਸ ਸਾਲ 'ਚ ਕਮਾਇਆ ਤਾਂ 5 ਲੱਖ, ਤੁਹਾਡੇ ਅਕਾਊਂਟ 'ਚ 10 ਲੱਖ ਕਿੱਥੋਂ ਆ ਗਿਆ? ਅਗਰ ਉਹ ਤੁਸੀਂ 10 ਲੱਖ ਕਿਸੇ ਸੋਰਸ ਤੋਂ ਪਾਇਆ, ਮੰਨ ਲਓ ਤੁਸੀਂ ਕੋਈ ਜ਼ਮੀਨ ਵੇਚੀ ਆ, ਕੋਈ ਪਲੋਟ ਵੇਚਤਾ ਉੱਥੋਂ ਆ ਗਿਆ, ਕੋਈ LIC ਦੀ ਪੋਲਿਸੀ ਸੀ, ਮਿਊਚਲ ਫੰਡ ਵਿਦਡਰਾਅ ਕੀਤੇ ਆ, ਤਾਂ ਉਹਦੀ ਪ੍ਰੋਪਰ ਡਾਕੂਮੈਂਟੇਸ਼ਨ ਪ੍ਰੋਵਾਈਡ ਕਰੋ, ਉਹਦੀ ਰਜਿਸਟਰੀ ਦੀ ਕਾਪੀ ਦਿਖਾਓ, ਅਗਰ ਤੁਸੀਂ ਕੋਈ ਸੇਲ ਕੀਤੀ ਹੈ ਚੀਜ਼ ਬਾਇਰ ਤੋਂ ਸੈਲਰ ਦੇ ਅਕਾਊਂਟ ਦੇ ਵਿੱਚ ਪੈਸਾ ਆਉਂਦਾ ਹੋਇਆ ਦਿਖਾਓ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਨ੍ਹਾਂ ਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਮੈਂ ਇੱਕ ਵਾਰੀ ਥੋੜ੍ਹਾ ਜਿਹਾ ਤੁਹਾਨੂੰ ਡਿਟੇਲ 'ਚ ਦੱਸ ਦਿੰਦਾ ਕਿ ਜਿਹੜੇ ਫਾਈਨੈਂਸ਼ੀਅਲਸ ਹੁੰਦੇ ਆ, ਉਹ 1 ਸਾਲ ਦੀ ਜਿਹੜੀ ਫੀਸ ਹੁੰਦੀ ਹੈ ਬੱਚੇ ਦੀ ਫਸਟ ਈਅਰ ਦੀ, ਪਲੱਸ ਉਹਦੇ 1 ਸਾਲ ਦੇ ਲਿਵਿੰਗ ਐਕਸਪੈਂਸਿਸ ਔਰ 1 ਟਾਈਮ ਟਰੈਵਲ ਨੂੰ ਮਿਲਾ ਕੇ ਜਿਹੜੇ ਫਾਈਨੈਂਸ਼ੀਅਲਸ ਹੈ ਜਿਹੜੇ ਅਸੀਂ ਹਾਈ ਕਮਿਸ਼ਨ ਨੂੰ ਦਿਖਾਉਂਦੇ ਹਾਂ, ਠੀਕ ਹੈ?
ਤੇ ਇਹ ਸਾਰੇ ਜਿਹੜੇ ਫਾਈਨੈਂਸ਼ੀਅਲਸ ਨੇ ਉਹਨਾਂ ਦੇ ਵਿੱਚ ਅਸੀਂ ਦੋ ਚੀਜ਼ਾਂ ਸਾਈਮਲਟੇਨੀਅਸਲੀ ਚੱਲਦੀਆਂ, ਇੱਕ ਪਾਸੇ ਹੈ ਐਨੂਅਲ ਇਨਕਮ, ਇੱਕ ਪਾਸੇ ਹੈ ਫਾਈਨੈਂਸ਼ੀਅਲਸ। ਅਗਰ ਕਿਸੇ ਦੀਆਂ ITRs ਘੱਟ ਹੈ ਲੇਕਿਨ ਉਹਦੇ ਕੋਲ ਪੈਸਾ ਹੈਗਾ, ਫਿਰ ਵੀ ਕੰਮ ਨਹੀਂ ਚੱਲਣਾ। ਅਗਰ ਕਿਸੇ ਕੋਲ ITRs ਹੈਗੀਆਂ ਪਰ ਫੰਡ ਨਹੀਂ ਹੈਗੇ ਤਾਂ ਵੀ ਕੰਮ ਨਹੀਂ ਚੱਲਣਾ, ਤਾਂ ਇਹ ਦੋਨੋਂ ਚੀਜ਼ਾਂ ਸਾਈਮਲਟੇਨੀਅਸਲੀ ਚੱਲਣਗੀਆਂ। ਜੀ ਜੀ ਮਨਪ੍ਰੀਤ ਜੀ, ਮੈਂ ਇੱਥੇ ਸੋਰਸ ਦੀ ਤੁਸੀਂ ਗੱਲ ਕੀਤੀ ਸੀ, ਇਸ ਉੱਪਰ ਵੀ ਗੱਲ ਜ਼ਰੂਰ ਕਰਨਾ ਚਾਹਾਂਗੀ। ਆਪਾਂ ਕਿਸ ਤਰ੍ਹਾਂ ਦੇ ਸੋਰਸਿਸ ਨੂੰ ਜੈਨੂਇਨ ਮੰਨੀਏ ਜਾਂ ਜਿਨ੍ਹਾਂ ਨੂੰ ਵੈਲਿਡ ਕਰਾਰ ਦਿੱਤਾ ਜਾਂਦਾ ਹੈ, ਕੀ ਸੋਰਸਿਸ ਨੂੰ ਲੈ ਕੇ ਵੀ ਕੋਈ ਗਲਤੀ ਹੋ ਜਾਂਦੀ ਹੈ? ਸੋਰਸਿਸ ਨੂੰ ਲੈ ਕੇ ਬੇਸਿਕਲੀ ਇਹ ਕਿ ਲੋਕ ਸੋਰਸਿਸ ਦੇ ਹੀ ਨਹੀਂ ਪਾਉਂਦੇ, ਕਿਉਂਕਿ ਉਹ ਪੈਸਾ ਪਵਾ ਚੁੱਕੇ ਹੁੰਦੇ ਆ, ਉਦੋਂ ਉਹਨਾਂ ਨੇ ਅਨਪਲੈਨਡ ਪੈਸਾ ਪਵਾਇਆ ਹੁੰਦਾ ਅਕਾਊਂਟ ਦੇ ਵਿੱਚ, ਉਹ ਇੰਨਾ ਸੋਚਦੇ ਨਹੀਂ, ਕਿਸੇ ਰਿਲੇਟਿਵ ਤੋਂ ਪੈਸਾ ਲੈ ਲਿਆ, ਪਰ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਆਸਟ੍ਰੇਲੀਆ ਗਿਫਟ ਮਨੀ ਨਹੀਂ ਮੰਨਦਾ, ਗਿਫਟ ਮਨੀ ਆਸਟ੍ਰੇਲੀਆ ਦੇ ਵਿੱਚ ਨਹੀਂ ਚੱਲਦੀ ਹੈਗੀ। ਸੋਰਸ ਤੋਂ ਸਾਡਾ ਹੀ ਮਤਲਬ ਹੈ ਕਿ ਜਿੱਦਾਂ ਮੈਂ ਹੁਣੇ ਦੱਸਿਆ, ਮੰਨ ਲਓ ਕੋਈ ਗੌਰਮੈਂਟ ਇੰਪਲੋਈ ਹੈ, ਉਹਨਾਂ ਨੇ ਆਪਣੇ GP ਫੰਡ 'ਚੋਂ ਪੈਸਾ ਕਢਾਇਆ, ਤਾਂ ਉਹਨਾਂ ਨੂੰ ਗੌਰਮੈਂਟ ਇੱਕ ਲੈਟਰ ਦਿੰਦੀ ਹੈ, ਵਿਦਡਰਾਅਲ ਲੈਟਰ, ਕਿ ਆ ਤੁਹਾਡੇ GP ਫੰਡ 'ਚੋਂ ਇੰਨਾ ਪੈਸਾ ਕੱਢ ਕੇ ਤੁਸੀਂ ਆਪਣੇ ਸੇਵਿੰਗ ਦੇ ਵਿੱਚ ਪਵਾਇਆ, ਔਰ ਉਹ ਸਟੇਟਮੈਂਟ ਦੇ ਵਿੱਚ ਵੀ ਲਿਖਿਆ ਆਉਂਦਾ। ਸੇਮ ਅਗਰ ਕੋਈ ਬੰਦਾ ਲੈਂਡ ਸੇਲ ਕਰ ਰਿਹਾ ਤਾਂ ਉਹ ਬਿਆਨਾ ਨਹੀਂ ਚੱਲੇਗਾ, ਰਜਿਸਟਰੀ ਚੱਲੇਗੀ। ਠੀਕ ਹੈ ਜੀ, ਕਈ ਲੋਕ ਕਹਿੰਦੇ ਬਿਆਨਾ ਕਰਾ ਲੈਂਦੇ ਆ ਜੀ, ਮੇਰਾ ਤਾਂ ਰਜਿਸਟਰਡ ਬਿਆਨਾ ਇਹ ਚੱਲ ਜਾਏਗਾ, ਉਹ ਨਹੀਂ ਚੱਲੇਗਾ ਜੀ, ਰਜਿਸਟਰੀ ਹੀ ਚੱਲੇਗੀ। ਮੈਕਸੀਮਮ 90% ਯੂਨੀਵਰਸਿਟੀਜ਼ ਰਜਿਸਟਰੀ ਮੰਗਦੀਆਂ ਨੇ। ਬਾਇਰ ਦੇ ਅਕਾਊਂਟ 'ਚੋਂ ਸੈਲਰ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋਣਾ ਚਾਹੀਦਾ ਪੈਸਾ। ਤੁਸੀਂ ਜੇ ਕੈਸ਼ ਪਵਾਓਗੇ ਉਹ ਨਹੀਂ ਚੱਲੇਗਾ, ਜੇ ਤੁਸੀਂ ਕਹਿ ਦਿਓ ਮੈਂ ਤਾਂ 50 ਲੱਖ ਦਾ ਪਲੋਟ ਵੇਚਿਆ ਜੀ ਪਰ ਮੈਨੂੰ 30 ਲੱਖ ਉਹਨਾਂ ਨੇ ਕੈਸ਼ ਦਿੱਤਾ ਸੀ, ਉਹ ਨਹੀਂ ਚੱਲੇਗਾ। ਜਿੰਨੀ ਅਮਾਊਂਟ ਦੀ ਤੁਸੀਂ ਰਜਿਸਟਰੀ ਕਰਾ ਰਹੇ ਹੋ, ਜਿੰਨਾ ਪੈਸਾ ਬਾਇਰ ਦੇ ਅਕਾਊਂਟ ਦੇ ਵਿੱਚ ਆ ਰਿਹਾ ਸੈਲਰ ਦੇ ਅਕਾਊਂਟ ਦੇ ਵਿੱਚ, ਉਹੀ ਪੈਸਾ ਮੰਨਿਆ ਜਾਏਗਾ। ਸੇਮ ਕਈ ਕਹਿੰਦੇ ਆ ਕਿ ਅਸੀਂ ਡਾਕਖਾਨੇ ਦੇ ਵਿੱਚੋਂ ਪੈਸਾ ਵਿਦਡਰਾਅ, ਸਾਡੇ ਤਾਂ ਡਾਕਖਾਨੇ 'ਚ ਪੈਸੇ ਪਏ ਆ ਜੀ, ਉਹ ਡਾਕਖਾਨੇ ਦਾ ਪੈਸਾ ਵੀ ਤੁਹਾਨੂੰ ਵਿਦਡਰਾਅ ਕਰਕੇ ਸੇਵਿੰਗ 'ਚ ਪਾਉਣਾ ਪਏਗਾ, ਨਾਲ ਡਾਕਖਾਨੇ ਦੀ ਜਿਹੜੀ ਤੁਹਾਨੂੰ ਉਹ ਕਾਪੀ ਦੇ ਵਿੱਚ ਐਂਟਰੀ ਕਰਕੇ ਦਿੰਦੇ ਆ, ਜਾਂ ਉਹ ਟ੍ਰਾਂਸਫਰ ਦੀ ਵੈਸੀ ਦਿਖ ਜਾਂਦਾ ਕਿ ਸੇਵਿੰਗ ਦੇ ਵਿੱਚ ਪੈਸਾ ਆ ਰਿਹਾ, ਤਾਂ ਉਹਦਾ ਇੱਕ ਵੈਲਿਡ ਰੀਜ਼ਨ ਕਈਆਂ ਆਪਾਂ ਨੂੰ ਮਿਲ ਜਾਂਦਾ ਉੱਥੇ ਕਿ ਹਾਂਜੀ ਡਾਕਖਾਨੇ ਵਾਲਿਆਂ ਨੇ ਸਾਨੂੰ ਆਪਣੀ ਬੁੱਕ ਦੇ ਵਿੱਚ ਲਿਖਤਾ ਜੀ ਅੱਜ ਦੀ ਡੇਟ 'ਚ ਅਸੀਂ ਇੰਨਾ ਪੈਸਾ ਇਹਨਾਂ ਨੂੰ ਦਿੱਤਾ। ਸੇਮ ਕਈ ਵਾਰੀ ਕਈਆਂ ਦਾ ਬਿਜ਼ਨਸ ਚੱਲ ਰਿਹਾ, ਲੈਣ ਦੇਣ ਬਹੁਤ ਹੋ ਰਿਹਾ, ਇਹ ਬਹੁਤ ਵੱਡਾ ਪੁਆਇੰਟ ਹੈ। ਕਈ ਬਿਜ਼ਨਸਮੈਨ ਹੈ ਜਿਨ੍ਹਾਂ ਦਾ ਬਿਜ਼ਨਸ ਦੀਆਂ ਕਰੰਟ ਦੀਆਂ ਸਟੇਟਮੈਂਟਸ ਦੇ ਵਿੱਚ ਪੈਸਾ ਬਹੁਤ ਆ ਰਿਹਾ ਜਾ ਰਿਹਾ ਪਰ ਸੇਵਿੰਗ 'ਚ ਘੱਟ ਹੈ, ਉੱਥੇ ਮੈਂ ਦੱਸਦਾ ਕਿ ਉਹ ਆਪਣੇ ਕਰੰਟ 'ਚੋਂ ਸੇਵਿੰਗ 'ਚ ਪੈਸਾ ਪਵਾ ਸਕਦੇ ਆ, ਉਹ ਟੋਟਲੀ ਵੈਲਿਡ ਹੈ, ਹਾਈ ਕਮਿਸ਼ਨ ਵੀ ਉਹਨੂੰ ਮੰਨਦਾ ਹੈ ਔਰ ਯੂਨੀਵਰਸਿਟੀਜ਼ ਵੀ ਮੰਨਦਾ, ਉਹਦੇ ਮੰਨਦੀਆਂ ਨੇ। ਉਹਦੇ ਵਿੱਚ ਕੀ ਹੈ ਕਿ ਤੁਸੀਂ ਸਿਰਫ ਆਪਣੇ ਕਰੰਟ ਅਕਾਊਂਟ ਦੀ ਸਟੇਟਮੈਂਟ ਲਾਣੀ ਹੈ, ਨਾਲ ਜਿਸ ਡੇਟ 'ਚ ਪੈਸਾ ਕਰੰਟ 'ਚੋਂ ਨਿਕਲ ਕੇ ਸੇਵਿੰਗ 'ਚ ਗਿਆ ਐਜ਼ ਆ ਸੋਰਸ, ਔਰ ਉਹ ਤੁਹਾਡੇ ਈਜ਼ੀਲੀ ਅਕਸੈਪਟ ਹੋ ਜਾਣਗੇ। ਇਹ ਛੋਟੀਆਂ ਛੋਟੀਆਂ ਚੀਜ਼ਾਂ ਦਾ ਅਗਰ ਬੱਚੇ ਜਾਂ ਪੇਰੈਂਟਸ ਧਿਆਨ ਰੱਖਣਗੇ ਕੋਈ ਪ੍ਰੋਬਲਮ ਨਹੀਂ ਆਏਗੀ। ਜੀ ਵਾਕਈ, ਚਾਹੇ ਕਿ ਛੋਟੀਆਂ ਗੱਲਾਂ ਨੇ ਪਰ ਅਗਰ ਇਹਨਾਂ ਗੱਲਾਂ ਕਰਕੇ ਕਿਤੇ ਸਟੂਡੈਂਟ ਨੂੰ ਰਿਫਿਊਜ਼ਲ ਫੇਸ ਕਰਨੀ ਪੈ ਜਾਵੇ ਤਾਂ ਬੜੀ ਵੱਡੀ ਨਮੋਸ਼ੀ ਜੋ ਹੈ ਸਟੂਡੈਂਟ ਨੂੰ ਉਸਦੇ ਪੇਰੈਂਟਸ ਨੂੰ ਫੀਲ ਹੁੰਦੀ ਹੈ ਅਤੇ ਅਸੀਂ ਨਹੀਂ ਚਾਹੁੰਦੇ ਕਿ ਕਿਤੇ ਵੀ ਅਧੂਰੀ ਜਾਣਕਾਰੀ ਦੇ ਨਾਲ ਤੁਹਾਡੇ ਫਿਊਚਰ ਨੂੰ ਲੈ ਕੇ ਤੁਹਾਨੂੰ ਕੋਈ ਜੋ ਹੈ ਵੱਡੀ ਗਲਤੀ ਦਾ ਸ਼ਿਕਾਰ ਹੋਣਾ ਪੈ ਜਾਵੇ। ਸੋ ਇਸ ਲਈ ਇਹਨਾਂ ਗੱਲਾਂ ਨੂੰ ਸਮਝੋ, ਇਹ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਫੰਡਸ ਦੇ ਉੱਪਰ ਪੂਰੀ ਤਿਆਰੀ ਕਰੋ। ਅਗਰ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਉੱਪਰ ਤੁਹਾਡੇ ਹੋਰ ਵੀ ਕੋਈ ਸਵਾਲ ਨੇ, ਕਮਿੰਗ ਇਨਟੇਕ ਨੂੰ ਲੈ ਕੇ ਅਪਲਾਈ ਕਰਨਾ ਹੈ, ਯੂਨੀਵਰਸਿਟੀ ਨੂੰ ਲੈ ਕੇ, ਆਪਣੇ ਕੋਰਸ ਨੂੰ ਲੈ ਕੇ, ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਤੁਸੀਂ ਕਾਲ ਕਰੋ, ਪੂਰੀ ਜਾਣਕਾਰੀ ਲਓ। ਬਹੁਤ ਹੀ ਚੰਗਾ ਹੋਵੇਗਾ ਜੇਕਰ ਤੁਸੀਂ ਸਟੱਡੀ ਸਕੇਅਰ ਅਬਰੋਡ ਦੇ ਚੰਡੀਗੜ੍ਹ ਆਫਿਸ ਵਿਜ਼ਿਟ ਕਰਦੇ ਹੋ, ਆਪਣੇ ਡਾਕੂਮੈਂਟਸ ਵੀ ਨਾਲ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਕਰਕੇ ਸਹੀ ਗਾਈਡੈਂਸ ਦੇ ਨਾਲ, ਸਹੀ ਆਪਸ਼ਨਸ ਦੇ ਨਾਲ ਤੁਸੀਂ ਆਪਣੀ ਫਾਈਲ ਅਪਲਾਈ ਕਰ ਸਕੋ। ਬਹੁਤ ਬਹੁਤ ਥੈਂਕਸ ਮਨਪ੍ਰੀਤ ਜੀ, ਇਹ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ। ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ ਮੈਮ।